ਦੋਸਤੋ ਮੈਂ ਗੱਲ ਕਰਨ ਲੱਗਾ ਅੱਜ ਬੜੇ ਗੰਭੀਰ ਮੁੱਦੇ ਦੇ ਉੱਤੇ ਕਿ ਬਾਈਬਲ ਕਲਾਂ ਵਿੱਚ ਇੱਕ ਗੋਲੀ ਕਾਂਡ ਹੋਇਆ ਸੀਗਾ ਜਦੋਂ ਬਰਗਾੜੀ ਦੇ ਵਿੱਚ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਇਨਸਾਫ ਲੈਣ ਲਈ ਸੰਗਤਾਂ ਉੱਥੇ ਧਰਨਾ ਲਾ ਕੇ ਬੈਠੀਆਂ ਸੀ ਔਰ ਪਾਠ ਕਰ ਰਹੀਆਂ ਸੀ, ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਸੀ ਜਿਹਦੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ। ਉਹ ਬਰਗਾੜੀ ਦੇ ਨਾਲ ਨਾਲ ਇਨਸਾਫ ਲੈਣ ਲਈ ਇਸ ਗੋਲੀ ਕਾਂਡ ਦਾ ਜਿਹੜਾ ਇਨਸਾਫ ਸੀਗਾ ਸਾਰਾ ਘਟਨਾਕ੍ਰਮ ਸੀਗਾ, ਇਹਦੇ ਵਿੱਚ 36 ਗਵਾਹ ਜਿਹੜੇ ਉਹ ਮੁੱਕਰ ਗਏ ਸੀਗੇ। ਇਕੱਲਾ ਇੱਕ ਗਵਾਹ ਸੀਗਾ ਜਿਹੜਾ ਸੁਰਜੀਤ ਸਿੰਘ, ਇਕੱਲਾ ਗਵਾਹ ਰਹਿ ਗਿਆ ਸੀਗਾ। ਅਕਾਲੀ ਦਲ ਵੇਲੇ ਉਸਦੀ ਜਿਹੜੀ ਕਲਮਬੱਧ ਬਿਆਨ ਹੋਏ ਜੋਰਾ ਸਿੰਘ ਕਮਿਸ਼ਨ ਦੇ ਅੱਗੇ, ਕਾਂਗਰਸ ਵੇਲੇ ਹੋਏ ਜਸਟਿਸ ਰਣਜੀਤ ਸਿੰਘ ਦੇ ਅੱਗੇ, ਉਸ ਤੋਂ ਬਾਅਦ ਆ ਸਿੱਟ ਦੇ ਅੱਗੇ ਵੀ ਉਹਦੇ ਬਿਆਨ ਜਿਹੜੇ ਕਲਮਬੰਦ ਹੋ ਚੁੱਕੇ ਸੀ ਕਿ ਕਿਹੜੇ ਕਿਹੜੇ ਅਫਸਰਾਂ ਨੇ ਉਹਦੇ ਸਾਹਮਣੇ ਗੋਲੀ ਚਲਾਈ। ਔਰ ਮੁੱਖ ਜਿਹੜਾ ਚਸ਼ਮਦੀਦ ਗਵਾਹ ਸੀਗਾ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਫਸਰਾਂ ਨੂੰ ਬਚਾਉਣ ਲਈ ਅਤੇ ਗਵਾਹੀ ਤੋਂ ਮੁੱਕਰਨ ਲਈ ਉਹਦੇ ਬਿਆਨ ਬਦਲਣ ਲਈ ਉਹਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ, ਉਹਨੂੰ ਮੈਂਟਲੀ ਟੋਰਚਰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਦਿੱਤਾ ਗਿਆ। ਉਹਦੇ ਘਰ ਦੇ ਵਿੱਚ ਬਿਜਲੀ ਦੀ ਰੇਡ ਕੀਤੀ ਗਈ ਔਰ ਉਹਦੇ ਵਿੱਚ ਸਾਰੇ ਥਾਣੇ ਦੀ ਪੁਲਿਸ ਨਾਲ ਲੈ ਕੇ ਜਾਂਦੇ ਨੇ, ਇਕੱਲੇ ਇਕੱਲੇ ਕਮਰੇ ਦੀ ਅਲਮਾਰੀ ਦੀ ਉਹਦੀ ਤਲਾਸ਼ੀ ਲਈ ਗਈ। ਮੈਂ ਪੁੱਛਣਾ ਚਾਹੁੰਦਾ ਕਿ ਰੇਡ ਜੇ ਬਿਜਲੀ ਦੀ ਚੋਰੀ ਦੇ ਉੱਤੇ ਹੋਈ ਸੀ ਅਤੇ ਅੰਦਰ ਵੜ ਕੇ ਉਹਨੂੰ ਜਲੀਲ ਕੋ ਕੀਤਾ ਗਿਆ, ਉਹ ਸਾਬਕਾ ਸਰਪੰਚ ਰਿਹਾ। ਔਰ ਇਹਦੇ ਨਾਲ ਇੱਥੇ ਹੀ ਬਸ ਨਹੀਂ ਕਿ 11,000 ਵੋਲਟ ਦੀਆਂ ਜਿਹੜੀਆਂ ਤਾਰਾਂ ਨੇ ਉਹਦੀ ਪੈਲੀ ਦੇ ਉੱਤੋਂ ਕੱਢ ਦਿੱਤੀਆਂ ਗਈਆਂ ਔਰ ਉਹਦੇ ਘਰ ਦੇ ਬਾਹਰ ਗੋਲੀ ਤੱਕ ਚਲਾ ਕੇ ਗਿਆ ਬੰਦਾ ਔਰ ਉਹਦੀ ਕਾਰਵਾਈ ਤੱਕ ਨਹੀਂ ਕੀਤੀ ਕਿਸੇ ਨੇ। ਔਰ ਇੱਥੇ ਹੀ ਨਹੀਂ ਬਸ ਹੋਈ, ਉਹਦੇ ਖਿਲਾਫ ਇਹੋ ਜਿਹੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਕਿ ਪੂਰੇ ਪਿੰਡ ਦੇ ਵਿੱਚ ਬਿਜਲੀ ਮਹਿਕਮਾ ਇੱਕ ਦਿਨ ਰੇਡ ਕਰਦਾ ਔਰ ਅਫਸਰ ਉਹਨਾਂ ਨੂੰ ਕਹਿੰਦੇ ਰਹੇ ਕਿ ਤੁਹਾਡੀ ਸ਼ਿਕਾਇਤ ਜਿਹੜੀ ਉਹ ਸੁਰਜੀਤ ਸਿੰਘ ਨੇ ਕੀਤੀ ਹੈ ਔਰ ਉਹ ਵਿਚਾਰਾ ਪਿੰਡ ਦੇ ਵਿੱਚ ਨਮੋਸ਼ੀ ਚੱਲਦਾ ਸੀਗਾ। ਅਖੀਰ ਉਹਨੇ ਗੁਰਦੁਆਰੇ ਦੇ ਵਿੱਚ ਸਪੀਕਰ ਦੇ ਉੱਤੇ ਸਹੁੰ ਖਾਧੀ ਕਿ ਮੇਰਾ ਇਸ ਰੇਡ ਦੇ ਵਿੱਚ ਕੋਈ ਹੱਥ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਮੈਂ ਸਹੁੰ ਖਾ ਕੇ ਕਹਿੰਦਾ ਕਿ ਮੈਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਹੋ ਰਹੀਆਂ ਸੀਗੀਆਂ ਕਿ ਉਹਨੂੰ ਪਿੰਡ ਦੇ ਵਿੱਚ ਰਹਿਣ ਦੇ ਕਾਬਲ ਵੀ ਨਾ ਛੱਡਿਆ ਜਾਵੇ। ਇਹਨਾਂ ਸਾਰੇ ਘਟਨਾਕ੍ਰਮਾਂ ਦੀ ਉਹਨੇ ਕੰਪਲੇਂਟ ਕੀਤੀ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, DGP ਪੰਜਾਬ ਨੂੰ ਉਹਨੇ ਇਹ ਕੰਪਲੇਂਟ ਕੀਤੀ ਪਰ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਕਿ ਕੁਦਰਤ ਦਾ ਵਰਤਾਰਾ ਵੇਖੋ, ਸੱਪ ਖੇਡਦੇ ਮੋਰਾਂ ਨਾਲ, ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ, ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਇਸ ਤੋਂ ਬਾਅਦ ਉਹਦੇ ਮੋਟਰਾਂ ਦੇ ਕਨੈਕਸ਼ਨ ਕੱਟਣ ਦੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਔਰ ਪਰਿਵਾਰ ਨੇ ਸ਼ਰੇਆਮ ਕਿਹਾ ਕਿ ਇਹ ਜਿੰਨਾ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹ ਇਲਾਕੇ ਦੇ MLA ਕਿੱਕੀ ਢਿੱਲੋਂ ਦੇ ਵੱਲੋਂ ਕੀਤਾ ਜਾ ਰਿਹਾ। ਆਖਰ ਉਹ ਸੁਰਜੀਤ ਸਿੰਘ ਡਿਪਰੈਸ਼ਨ ਦੇ ਨਾਲ ਜਾਂ ਹਾਰਟ ਅਟੈਕ ਦੇ ਨਾਲ, ਪਤਾ ਨਹੀਂ ਉਹਦੀ ਫਿਰ ਕਿਸ ਤਰੀਕੇ ਦੇ ਨਾਲ ਮੌਤ ਹੋ ਗਈ ਔਰ ਗਵਾਹੀ ਤੋਂ ਬਾਅਦ ਉਹ ਇਨਸਾਫ ਦੀ ਉਡੀਕ ਦੇ ਵਿੱਚ ਅਖੀਰ ਉਹ ਮਰ ਗਿਆ ਕਿ ਮੇਰੀ ਦਿੱਤੀ ਗਵਾਹੀ ਤੋਂ ਬਾਅਦ ਬਣਨਾ ਕੀ ਉਹਨੂੰ ਨਹੀਂ ਪਤਾ ਲੱਗਾ ਅਤੇ ਸਰਕਾਰ ਨੂੰ ਇੰਨਾ ਡਰ ਸਤਾਉਂਦਾ ਰਿਹਾ ਉਹਦੀ ਮੌਤ ਤੋਂ ਬਾਅਦ, ਜਿੰਨਾ ਚਿਰ ਉਹਦਾ ਸੰਸਕਾਰ ਨਹੀਂ ਹੋਇਆ ਨਾ ਤਾਂ ਉਹਦਾ ਪੋਸਟਮਾਰਟਮ ਹੋਣ ਦਿੱਤਾ ਗਿਆ ਔਰ ਉਹਦੀ ਘਰਵਾਲੀ ਤੱਕ ਨੂੰ ਵੀ ਘਰ ਦੇ ਵਿੱਚ ਵੇਖਣ ਨਹੀਂ ਦਿੱਤਾ ਗਿਆ। ਉੱਥੇ CID ਵਾਲੇ ਲੱਗੇ ਰਹੇ, ਪੁਲਿਸ ਵਾਲੇ ਲੱਗੇ ਰਹੇ, ਅਖੀਰ ਘਰਵਾਲੀ ਨੂੰ ਉਹਦੀ ਸ਼ਕਲ ਵੇਖਣ ਦਾ ਮੌਕਾ ਮਿਲਿਆ ਸਿਵਿਆਂ ਦੇ ਵਿੱਚ, ਜਿਹਨੇ 35 ਸਾਲ ਉਹਦੇ ਨਾਲ ਗੁਜ਼ਾਰੇ ਸੀਗੇ। ਮੈਂ ਕਹਿੰਦਾ ਉਹ ਮਰਿਆ ਨਹੀਂ, ਉਹ ਸ਼ਹੀਦ ਹੋਇਆ ਜਿੱਥੇ ਉਹ ਦੋ ਸਿੰਘ ਸ਼ਹੀਦ ਹੋਏ ਸੀਗੇ, ਤੀਜਾ ਸਾਰ ਸੁਰਜੀਤ ਸਿੰਘ ਸ਼ਹੀਦ ਹੋਇਆ ਕਿ ਸ਼ਹਾਦਤ ਕਾ ਨਸ਼ਾ ਸਭ ਕੇ ਲਹੂ ਮੇਂ ਹੋ ਨਹੀਂ ਸਕਤਾ, ਸ਼ਹਾਦਤ ਕਾ ਨਸ਼ਾ ਸਭ ਕੇ ਲਹੂ ਮੇਂ ਹੋ ਨਹੀਂ ਸਕਤਾ, ਯੇ ਨਜ਼ਰਾਨਾ ਹਮੇਸ਼ਾ ਸਾਹਿਬੇ ਈਮਾਨ ਦੇਤੇ ਹੈ, ਗੁਰੂ ਸੇ ਪਿਆਰ ਕਰਨੇ ਕਾ ਦਾਵਾ ਤੋ ਸਭੀ ਕਰਤੇ ਹੈ, ਮਗਰ ਗੁਰੂ ਸੇ ਪਿਆਰ ਕਰਨੇ ਵਾਲੇ ਗੁਰੂ ਪੇ ਜਾਨ ਦੇਤੇ ਹੈ। ਪਰਿਵਾਰ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ। ਅੱਜ ਮੈਂ ਉਹਨਾਂ ਦੇ ਭੋਗ ਦੇ ਉੱਤੇ ਗਿਆ ਸੀਗਾ ਬਾਈਬਲ, ਉੱਥੇ
ਵੱਡੇ ਵੱਖਰੇ ਵੱਖਰੇ ਬੁਲਾਰਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਬੇਟੇ ਦੀ ਨੌਕਰੀ ਦੀ ਮੰਗ ਕਰਾਂਗੇ, ਪਰ ਉਸ ਪਰਿਵਾਰ ਦੀ ਫਰਾਖ ਦਿਲੀ ਸੀਗੀ। ਉਹਨਾਂ ਦੀ ਪਤਨੀ ਨੂੰ ਮੈਂ ਮਿਲਿਆ, ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਕੋਈ ਨੌਕਰੀ ਨਹੀਂ ਚਾਹੀਦੀ, ਕੋਈ ਪੈਸਾ ਨਹੀਂ ਚਾਹੀਦਾ। ਇਹ ਉਹਨਾਂ ਦੀ ਐਡੀ ਵੱਡੀ ਫਰਾਖ ਦਿਲੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਿਹੜਾ ਉਹਨਾਂ ਦਾ ਸਮਰਪਣ ਹੈ। ਉਹਨਾਂ ਇੱਕੋ ਹੀ ਮੰਗ ਰੱਖੀ ਕਿ ਮੇਰੇ ਘਰ ਵਾਲੇ ਦਾ ਸੁਪਨਾ ਸੀਗਾ ਕਿ ਬਰਗਾੜੀ ਅਤੇ ਬਹਿਬਲ ਦੇ ਉੱਤੇ ਇਨਸਾਫ ਮਿਲਣਾ ਚਾਹੀਦਾ, ਇੱਥੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹਦੇ ਨਾਲ ਨਾਲ ਹੁਣ ਉਹਦੀ ਮੌਤ ਦੇ ਉੱਤੇ ਵੀ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਇਨਸਾਫ ਮਿਲਣਾ ਚਾਹੀਦਾ। ਹੈਰਾਨੀ ਦੀ ਗੱਲ ਵੇਖੋ, ਸਾਰ ਸੁਖਬੀਰ ਸਿੰਘ ਬਾਦਲ ਕੱਲ੍ਹ ਉਹਨਾਂ ਦੇ ਘਰ ਅਫਸੋਸ ਕਰਨ ਗਏ ਕਿ ਬਹਿਬਲ ਕਲਾਂ ਦੇ ਵਿੱਚ ਗੋਲੀ ਆਪ ਚਲਾਈ, ਆਪਣੇ ਹੁਕਮਾਂ 'ਤੇ ਗੋਲੀ ਚੱਲੀ, 2.5 ਸਾਲ ਉਹਨਾਂ ਦੀ ਸਰਕਾਰ ਰਹੀ ਅਤੇ ਉਹਨੇ ਅਫਸਰਾਂ ਦੇ ਨਾਂ ਤੱਕ ਨਹੀਂ ਦੱਸੇ ਵੀ ਕਿਹਨਾਂ ਨੇ ਗੋਲੀ ਚਲਾਈ, ਕਿਉਂ ਨੌਬਤ ਆਈ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਔਰ ਬਸ਼ਰਮੀ ਦੀ ਹੱਦ ਹੈ ਕਿ ਉਹ ਉਸ ਘਰ ਦੇ ਵਿੱਚ ਅਫਸੋਸ ਕਰਨ ਗਏ। ਉਹਨਾਂ ਨੂੰ ਤਾਂ ਬਸ ਮੁੱਦਾ ਚਾਹੀਦਾ ਕਿਉਂਕਿ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹਾਸ਼ੀਏ 'ਤੇ ਚਲੇ ਗਏ ਆ। ਉਹਨਾਂ ਲਈ ਮੈਂ ਦੋ ਹੀ ਲੈਣਾ ਕਹਿ ਲਈਆਂ, ਬਹੁਤੇ ਬਹੁਤਾ ਮੈਂ ਉਹਦੇ ਬਾਰੇ ਬੋਲਣਾ ਹੀ ਨਹੀਂ ਚਾਹੁੰਦਾ ਕਿ ਜੋ ਮਰਦੋ ਕੀ ਤਰ੍ਹਾਂ ਰਹਿਤੇ ਥੇ ਮਸਖਰੇ ਬਨ ਗਏ ਦਰਬਾਰ ਮੇ ਰਹਿਣੇ ਕੇ ਲੀਏ, ਜੋ ਮਰਦੋ ਕੀ ਤਰ੍ਹਾਂ ਰਹਿਤੇ ਥੇ ਮਸਖਰੇ ਬਨ ਗਏ ਦਰਬਾਰ ਮੇ ਰਹਿਣੇ ਕੇ ਲੀਏ, ਅਬ ਤੋ ਬਦਨਾਮੀ ਸੇ ਸ਼ੋਹਰਤ ਕਾ ਵੋ ਰਿਸ਼ਤਾ ਹੈ ਕਿ ਲੋਕ ਨੰਗੇ ਹੋ ਜਾਤੇ ਹੈ ਅਖਬਾਰ ਮੇ ਰਹਿਣੇ ਕੇ ਲੀਏ। ਇਹਦੇ ਨਾਲ ਨਾਲ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ ਕਿ ਬਰਗਾੜੀ ਬਾਈਬਲ ਨਸ਼ੇ ਦੇ ਉੱਤੇ ਬਾਣੀ ਦੀ ਸਹੁੰ ਖਾ ਕੇ ਤੁਹਾਡੀ ਸਰਕਾਰ ਬਣੀ ਸੀ, ਹੁਣ ਤਾਂ ਗਵਾਹ ਵੀ ਮਰਨੇ ਸ਼ੁਰੂ ਹੋ ਗਏ, ਪਰ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ। ਜਦੋਂ ਬਾਈਬਲ ਦੇ ਵਿੱਚ ਗੋਲੀ ਚੱਲੀ ਸੀ, ਇਹ ਨਾ ਸੋਚੋ ਉੱਥੇ ਸੰਗਤਾਂ ਧਰਨਾ ਦੇ ਰਹੀਆਂ ਸੀ, ਜਦੋਂ ਪਾਠ ਕਰਦੇ ਸੀ ਨਾ, ਜਦੋਂ ਸੰਗਤ ਪਾਠ ਕਰਦੀ ਸੀ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਗੁਰੂ ਸਾਹਿਬ ਆਪਣੀ ਬੇਅਦਬੀ ਦਾ ਇਨਸਾਫ ਲੈਣ ਲਈ ਆਪ ਧਰਨਾ ਲਾ ਕੇ ਬੈਠੇ ਆ। ਪਰ ਬਦਕਿਸਮਤੀ ਹੈ, ਨਾ ਤਾਂ ਇੱਥੇ 84 ਦਾ ਇਨਸਾਫ ਮਿਲਿਆ, ਅੱਜ 36 ਸਾਲ ਹੋ ਗਏ, ਉਹ ਗਵਾਹ ਵੀ ਮਰ ਗਏ ਅਤੇ ਦੋਸ਼ੀ ਵੀ ਮਰਦੇ ਜਾਂਦੇ ਆ, ਨਾ ਇਹ ਇਨਸਾਫ ਮਿਲਣਾ, ਹੌਲੀ ਹੌਲੀ ਇੱਥੇ ਗਵਾਹ ਵੀ ਮਰ ਜਾਣੇ ਆ, ਉਮਰ ਦੇ ਨਾਲ ਨਾਲ ਚਲੇ ਮੈਂ ਵੀ ਜਾਣਾ, ਚਲੇ ਸਾਰਿਆਂ ਜਾਣਾ, ਚਲੇ ਤੁਸੀਂ ਵੀ ਜਾਣਾ, ਸਾਰੇ ਦੋਸ਼ੀ ਵੀ ਮਰ ਜਾਣੇ ਆ, ਗਵਾਹ ਵੀ ਮਰ ਜਾਣੇ ਆ, ਪਰ ਇਨਸਾਫ ਨਹੀਂ ਮਿਲਣਾ ਸਾਡੇ ਹਿੰਦੁਸਤਾਨ ਦੀ। ਸਿਰਫ ਇਹਦੇ ਉੱਤੇ ਸਿਆਸਤ ਹੋਣੀ ਹੈ, ਔਰ ਜਿੱਥੇ 36 ਸਾਲ 84 ਦੇ ਉੱਤੇ ਸਿਆਸਤ ਹੁੰਦੀ ਰਹੀ ਹੈ, ਇਹਦੇ 'ਤੇ ਵੀ ਅੱਗੋਂ ਪਤਾ ਨਹੀਂ ਕਿੰਨੀਆਂ ਸਰਕਾਰਾਂ ਇਸ ਇਨਸਾਫ ਦੇ ਨਾਂ ਦੇ ਉੱਤੇ ਹੀ ਬਣਨੀਆਂ ਨੇ ਔਰ ਕਿੰਨਾ ਚਿਰ ਇਹਦੇ ਉੱਤੇ ਸਿਆਸਤ ਹੋਣੀ ਹੈ। ਅਖੀਰ 'ਚ ਮੈਂ ਪੰਜਾਬ ਦੇ ਲੋਕਾਂ ਦੀ, ਹਿੰਦੁਸਤਾਨ ਦੇ ਲੋਕਾਂ ਦੀ ਅਤੇ ਸਰਕਾਰਾਂ ਦੀ ਹਾਲਤ ਵੇਖ ਕੇ ਇਹ ਕਹਿਣ ਲੱਗਾ ਕਿ ਮਸਲੇ ਉਲਝਦੇ ਜਿਉਂ ਜਿਉਂ, ਮਸਲੇ ਉਲਝਦੇ ਜਿਉਂ ਜਿਉਂ ਉਹ ਤਿਉਂ ਤਿਉਂ ਮੁਸਕਰਾਉਂਦੀ ਹੈ। ਸਿਆਸਤ ਮਸਲਿਆਂ ਦੇ ਸਿਰ 'ਤੇ ਹੀ ਸੱਤਾ ਚਾਹੁੰਦੀ ਹੈ। ਤੰਬਾਕੂ ਲੋਕਤੰਤਰ ਹੈ ਅਤੇ ਸੰਸਦ ਹੈ ਚਿਲਮ ਵਰਗੀ, ਵਤਨ ਹੈ ਸੁਲਗ ਦਾ ਹੁੱਕਾ ਅਤੇ ਸਿਆਸਤ ਗੁੜ ਗੁੜਾਉਂਦੀ ਹੈ।